ਦੇਸ਼ ਭਰ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ भारत संकल्प यात्रा मुहिम पंजाब के कई ਜ਼ਿਲ੍ਹਿਆਂ ਵਿੱਚ भी जारी है। ਹੁਸ਼ਿਆਰਪੁਰ ਅਤੇ ਫਾਜ਼ਿਲਕਾ ਵਿੱਚ इस मुहिम तहत भारत संकल्प यात्रा वैन रवाना ਕੀਤੀਆਂ ਗਈਆਂ ਨੇ। ਇਹਨਾਂ ਵੈਨਾਂ ਵਿੱਚ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ पंजाब के होर ਜ਼ਿਲ੍ਹਿਆਂ ਬਠਿੰਡਾ ਅਤੇ ਰੋਪੜ ਵਿੱਚ भी भारत संकल्प वैन रवाना ਕੀਤੀਆਂ ਗਈਆਂ ਨੇ जो ਲੋਕਾਂ ਨੂੰ भारत सरकार ਦੀਆਂ ਸਕੀਮਾਂ ਬਾਰੇ जानकारी दे रही ने। इन्हां स्कीमां तो लाभ प्राप्त करने वाले लाभार्थी मेरी कहानी मेरी जुबानी तहत अपने विचार सांझे कर रहे हैं।